ਮਾਨ ਸਾਹਿਬ, ਇਸ ਵਾਰ ਮੁਕਾਬਲਾ ਬੜਾ ਜ਼ਬਰਦਸਤ ਬਣਿਆ ਹੋਇਆ। ਸੁਖਪਾਲ ਖਹਿਰਾ ਆ ਗਏ, ਉਸ ਤੋਂ ਬਾਅਦ ਮੀਤ ਹੇਅਰ ਕੈਬਨਿਟ ਮੰਤਰੀ, ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੋਇਆ। ਕਿਸ ਤਰੀਕੇ ਦੀ ਫਾਈਟ ਦੇਖਦੇ ਹੋ? ਹੁਣ ਤੱਕ ਤੁਸੀਂ ਸਾਰੇ ਮਲੇਰਕੋਟਲਾ ਸੀਗੇ, ਉਸ ਤੋਂ ਪਹਿਲਾਂ ਸੰਗਰੂਰ ਸੀ, ਧੂਰੀ ਸੀ, ਕੀ ਤੁਹਾਨੂੰ ਇਸ ਵੇਲੇ ਮਾਹੌਲ ਨਜ਼ਰ ਆਇਆ? ਮੈਨੂੰ ਤਾਂ ਬਹੁਤ ਅੱਛਾ ਮਾਹੌਲ ਹੈ ਜੀ, ਕਿਉਂ ਕਰਕੇ ਮੈਂ ਸਾਰਾ ਕੰਮ ਕੀਤਾ, ਸਾਰੇ ਪਿੰਡਾਂ ਦੇ ਵਿੱਚ ਗ੍ਰਾਂਟਸ ਭੇਜੇ ਆ, ਗਊਸ਼ਾਲਾ ਨੂੰ ਗ੍ਰਾਂਟਸ ਦਿੱਤੇ ਆ, ਮੁਸਲਮਾਨਾਂ ਦੇ ਜਿੱਥੇ ਉਹ ਦਫਨ ਕਰਦੇ ਹੈ ਕਬਰਸਤਾਨ, ਉਹਨਾਂ ਦੀਆਂ ਚਾਰ ਦੀਵਾਰੀਆਂ ਬਣਾਤੀਆਂ, ਅਤੇ ਰੰਗਰੇਟੇ ਸਿੱਖਾਂ ਦੀਆਂ ਡਿਉੜੀਆਂ ਬਣਵਾਤੀਆਂ। ਮੇਰਾ ਮਤਲਬ ਕੋਈ ਵਰਗ ਨਹੀਂ ਜਿਹਦੇ ਲਈ ਮੈਂ ਕੁਛ ਕੀਤਾ ਨਾ ਹੋਵੇ, ਅਤੇ ਸਾਰੇ ਪਿੰਡਾਂ ਦੇ ਵਿੱਚ ਆਪਣੇ ਗ੍ਰਾਂਟ ਭੇਜੇ ਆ, ਖਾਸ ਕਰਕੇ ਜਿਮਸ ਦਾ ਸਮਾਨ, ਕਿਉਂ ਕਰਕੇ ਮੈਂ ਸਮਝਦਾ ਜਿੰਨਾ ਚਿਰ ਸਾਡੇ ਲੋਕਾਂ ਦੀ ਬੋਡੀ ਸਟਰੋਂਗ ਨਹੀਂ ਹੈ ਤਾਂ ਫਿਰ ਆਪਣੀ ਸੋਚ ਨੂੰ ਅਸੀਂ ਪ੍ਰਜ਼ਰਵ ਜਾਂ ਰੱਖ ਨਹੀਂ ਸਕਦੇ। ਸੁਖਪਾਲ ਸਿੰਘ ਖਹਿਰਾ ਮੈਦਾਨ ਦੇ ਵਿੱਚ ਨੇ ਇਸ ਵਾਰ ਕਾਂਗਰਸ ਦੇ ਵੱਲੋਂ, ਉਹ ਉਹਨਾਂ ਦੀ ਐਂਟਰੀ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਔਰ ਉਸ ਵੇਲੇ ਜਦੋਂ ਪਿਛਲੀ ਵਾਰ ਸਿੱਧੂ ਮੂਸੇਵਾਲਾ ਤੁਹਾਨੂੰ ਸਪੋਰਟ ਕਰ ਰਹੇ ਸੀ, ਲੇਕਿਨ ਹੁਣ ਮੂਸੇਵਾਲਾ ਦੇ ਪਿਤਾ ਜਿਹੜੇ ਨੇ ਉਹ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ, ਕਾਂਗਰਸ ਦੇ ਹੱਕ ਦੇ ਵਿੱਚ ਉਤਰੇ ਨੇ? ਕੋਈ ਨਹੀਂ ਜੀ, ਉਹ ਤਾਂ ਇਹ ਫਾਇਦਾ ਪਤਾ ਨਹੀਂ ਕਿਹਨੂੰ ਹੋਊਗਾ, ਪਰ ਇਹ ਖਹਿਰਾ ਸਾਹਿਬ ਦੀ ਜਿਹੜੀ ਗੱਲ ਕਰਦੇ ਹੋ, ਇਹ ਕਾਂਗਰਸ ਦੇ ਕੈਂਡੀਡੇਟ ਹੈ ਅਤੇ ਮੇਰਾ ਮੁਕਾਬਲਾ ਤਾਂ ਇਹ ਹਿੰਦੁਤਵ ਅਤੇ ਦਿੱਲੀ ਦੇ ਨਾਲ ਹੈ। ਇਹ ਤਾਂ ਸਿਰਫ ਕਾਂਗਰਸ ਦੇ ਕੈਂਡੀਡੇਟ ਹੈ, ਮੇਰੇ ਮੁਕਾਬਲੇ 'ਚ ਤਾਂ ਹੈ ਨਹੀਂ ਇਹ। ਬਲਕੌਰ ਸਿੰਘ ਦੀ ਸੰਗਰੂਰ ਦੇ ਵਿੱਚ ਐਂਟਰੀ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਹੋਰਾਂ 'ਤੇ ਕਿੰਨਾ ਫਰਕ ਪਏਗਾ ਜਾਂ ਕਿੰਨਾ ਨੁਕਸਾਨ ਹੋਏਗਾ? ਕੋਈ ਫਰਕ ਨਹੀਂ ਪਿਆ ਜੀ, ਕਿਉਂ ਕਰਕੇ ਇਹ ਉਹਨਾਂ ਦਾ ਕਾਂਗਰਸ ਨੂੰ ਸਪੋਰਟ ਕਰਨਾ ਉਹਨਾਂ ਦੇ ਖਿਲਾਫ ਗਿਆ, ਕਿਉਂ ਕਰਕੇ ਅਸੀਂ ਤਾਂ ਰੋਜ਼ ਪਾਰਲੀਮੈਂਟ 'ਚ ਵੀ ਮੁਨਸੀਪਲ ਸਾਹਿਬ ਦੀ ਗੱਲ ਕੀਤੀ ਹੈ, ਰੋਜ਼ ਇੱਥੇ ਕਰਦੇ ਹੈਗੇ ਹੈ, ਅਤੇ ਕਾਂਗਰਸ ਨੇ ਸਿੱਖਾਂ ਦੇ ਉੱਤੇ ਜ਼ੁਲਮ ਬਹੁਤ ਕੀਤੇ ਹੈਗੇ ਹੈ, ਜਦਕਿ ਬਲੂ ਸਟਾਰ ਕੀਤਾ, ਸਾਰੀ ਫੌਜ ਦਰਬਾਰ ਸਾਹਿਬ ਦੇ ਅੰਦਰ ਭੇਜ ਦਿੱਤੀ, 36 ਗੁਰਦੁਆਰਿਆਂ ਨੂੰ ਮੰਨ ਕੇ ਬੈਠ ਗਈ ਫੌਜ, ਫਿਰ ਰਾਜੀਵ ਗਾਂਧੀ ਨੇ ਨਸਲਕੁਸ਼ੀ ਸਿੱਖ ਕੌਮ ਦੀ ਸਾਰੇ ਇੰਡੀਆ 'ਚ ਕੀਤੀ, ਬੱਚਿਆਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਫੂਕਤਾ, ਹੋਰ ਇਹੋ ਜਿਹੇ ਕੰਮ ਕੀਤੇ ਹੈ ਜ਼ਾਲਮ ਜਿਹੜਾ ਸਿੱਖ ਭੁੱਲਦਾ ਨਹੀਂ। ਜਿਵੇਂ ਹੁਣ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਨੂੰ ਮੁਗਲ ਹਕੂਮਤ ਨੇ ਇੱਥੇ ਨੀਹਾਂ ਦੇ ਵਿੱਚ ਚੁਣਿਆ ਸੀਗਾ, ਅਤੇ ਜਦੋਂ ਸਭਾ ਦਾ ਮੇਲਾ ਹੁੰਦਾ ਇਹਨਾਂ ਦੀ ਯਾਦ ਦੇ ਵਿੱਚ ਦਸੰਬਰ 'ਚ, 7 ਦਿਨ ਇੱਥੋਂ ਦੇ ਨਿਵਾਸੀ ਪਿੰਡਾਂ ਦੇ ਅਸੀਂ ਸਾਰੇ ਅਸੀਂ ਮੰਜਿਆਂ ਦੇ ਉੱਤੇ ਨਹੀਂ ਸੌਂਦੇ ਹੈਗੇ, ਭੁੰਜੇ ਸੌਂਦੇ। ਅੱਛਾ, ਇੱਕ ਚੀਜ਼ ਹੋਰ ਹੈ, ਕਿਉਂਕਿ ਦੇਸ਼ ਦੇ ਵਿੱਚ ਇੱਕ ਇੰਡੀਆ ਅਲਾਇੰਸ ਹੈ, ਇੱਕ ਐਨਡੀਏ ਅਲਾਇੰਸ ਹੈ, ਤੁਸੀਂ ਜਿੱਤਦੇ ਹੋ ਤਾਂ ਫਿਰ ਐਨਡੀਏ ਵਾਲੇ ਪਾਸੇ ਹੋਗੇ ਜਾਂ ਇੰਡੀਆ ਵਾਲੇ ਪਾਸੇ ਹੋਗੇ? ਮੈਂ ਦੇਖੂੰਗਾ ਸਿੱਖਾਂ ਦੇ ਇੰਟਰਸਟ ਦੇ ਵਿੱਚ ਕਿ ਉਹ ਕੀ ਫਾਇਦੇਮੰਦ ਹੈ, ਉਹ ਐਕ ਕਿਹੜਾ ਹੈਗਾ, ਕਿਉਂਕਿ ਇੰਡੀਆ ਅਲਾਇੰਸ ਕਾਂਗਰਸ ਹੈ। ਦੇਖੋ ਜਿਹੜੇ ਮੁਫਾਦ ਹੁੰਦੇ ਆ ਨਾ, ਉਹ ਦੋਸਤੀ ਅਤੇ ਅਲਾਇੰਸਿਸ ਤੋਂ ਅਲੱਗ ਹੁੰਦੇ ਆ। ਸਿੱਖਾਂ ਦੇ ਜਿੱਥੇ ਮੁਫਾਦ ਹੋਣਗੇ ਉੱਥੇ ਅਸੀਂ ਜਾ ਸਕਦੇ ਹਾਂ। ਤੁਸੀਂ ਪਿਛਲੀ ਵਾਰ ਮੈਨੂੰ ਕਿਹਾ ਸੀ ਕਿ ਮੇਰੀ ਤਾਂ ਕੌਮ ਹੀ ਮੇਰੇ ਨਾਲ ਨਹੀਂ ਚੱਲਦੀ, ਲੇਕਿਨ ਉਸ ਤੋਂ ਬਾਅਦ ਤੁਹਾਨੂੰ ਇਸ ਬਿਆਨ ਤੋਂ ਬਾਅਦ ਜਿਤਾ ਦਿੰਦੇ ਆ, ਤੁਹਾਨੂੰ ਕਈ ਸਾਲਾਂ ਬਾਅਦ ਜਿਤਾ ਦਿੰਦੇ, ਇਸ ਵਾਰ ਤੁਹਾਨੂੰ ਲੱਗਦਾ ਕੌਮ ਤੁਹਾਡੇ ਨਾਲ ਚੱਲੇਗੀ? ਹਾਂ, ਮੈਨੂੰ ਤਾਂ ਲੱਗਦਾ, ਕਿਉਂ ਕਰਕੇ ਇਹ ਮੈਂ ਕੌਮ ਨਾਲ ਖੜਾ ਰਿਹਾ। ਬਾਕੀ ਜੇ ਹੁਣ ਜਿਹੜੇ ਨਵੀਂ ਪੋਲਿਸੀ ਕੱਢੀ ਹੈਗੀ ਹੈ
ਮੋਦੀ ਨੇ, ਬੀਜੇਪੀ, ਆਰਐਸਐਸ ਨੇ, ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਹੈ, ਪਹਿਲਾਂ ਤਾਂ ਸਾਡੀ ਸਰਕਾਰ ਬਾਹਰ ਦੇ ਮੁਲਕਾਂ ਨੂੰ ਜਿੱਥੇ ਭਗੌੜੇ ਹੋ ਜਾਂਦੇ ਸੀ ਡੋਜ਼ੀਅਰਸ ਅਤੇ ਇਹਨਾਂ ਦੇ ਫਾਈਲਸ ਭੇਜੀਦੇ ਸੀਗੇ, ਪਰ ਕਹਿੰਦਾ ਹੁਣ ਨਹੀਂ, ਹੁਣ ਜਿੱਥੇ ਵੀ ਹੋਣਗੇ ਅਸੀਂ ਇਹਨਾਂ ਨੂੰ ਮਾਰ ਦਾਂਗੇ। ਫਿਰ ਪਾਕਿਸਤਾਨ ਨਿੱਜਰ ਵਾਲੇ ਦਾ ਜ਼ਿਕਰ ਕਰ ਰਹੇ ਹੋ, ਨਿੱਜਰ ਮਸਲੇ ਦਾ ਜ਼ਿਕਰ ਕਰ ਰਹੇ ਹੋ? ਹਾਂ, ਨਿੱਜਰ ਦਾ, ਮਲਿਕ ਦਾ, ਸੁਖਦੂਲ ਸਿੰਘ ਦਾ ਕੈਨੇਡਾ, ਅਤੇ ਫਿਰ ਪ੍ਰਾਈਮ ਮਿਨਿਸਟਰ ਟਰੂਡੋ ਨੇ ਕੈਨੇਡਾ ਦੀ ਸਾਰੀ ਪਾਰਲੀਮੈਂਟ ਬੁਲਾ ਕੇ ਕਿਹਾ ਕਿ ਇੰਡੀਆ ਦਾ ਹੱਥ ਹੈ ਜਿਹੜੇ ਸਿੱਖਾਂ ਨੂੰ ਇੱਥੇ ਮਾਰਿਆ। ਤੁਸੀਂ ਸੰਵਿਧਾਨ ਨੂੰ ਮੰਨਦੇ ਹੋ, ਸੰਵਿਧਾਨ 'ਤੇ ਤੁਸੀਂ ਭਰੋਸਾ ਕਰਦੇ ਹੋ? ਹਾਂ, ਹਿੰਦੁਤਵ ਨੇ 106 ਵਾਰੀ ਉਹਨੂੰ ਤਬਦੀਲ ਕੀਤਾ ਹੈ। ਜੇ ਉਹ ਮੰਨਦੇ ਹੁੰਦੇ ਤਾਂ 106 ਵਾਰੀ ਕਿਉਂ ਉਹਨੂੰ ਤਬਦੀਲ ਕਰਦੇ? ਤੁਸੀਂ ਮੰਨਦੇ ਹੋ? ਸਾਡੇ ਜਿਹੜੇ ਕੰਸਟੀਟਿਊਂਟ ਅਸੈਂਬਲੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਹੈ, ਉਹਦੇ ਵਿੱਚ ਦੋ ਮੈਂਬਰ ਸੀ, ਸਰਦਾਰ ਭੁਪਿੰਦਰ ਸਿੰਘ ਮਾਨ ਅਤੇ ਸਰ ਹੁਕਮ ਸਿੰਘ। ਉਹਨਾਂ ਨੂੰ ਨਹਿਰੂ ਅਤੇ ਗਾਂਧੀ ਨੇ ਵਾਅਦਾ ਕੀਤਾ ਸੀ ਕਿ ਤੁਸੀਂ ਸਾਡੇ ਹਿੰਦੂਆਂ ਨਾਲ ਰਲ ਜਾਓ ਅਤੇ ਆਜ਼ਾਦੀ ਤੋਂ ਬਾਅਦ ਅਸੀਂ ਤੁਹਾਨੂੰ ਇੱਕ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਮਾਣ ਕਰ ਸਕੋਗੇ। ਠੀਕ ਹੈ, ਦੂਸਰਾ ਵੀ ਹੈ? ਨਹੀਂ, ਫਿਰ ਜਦੋਂ ਸੰਵਿਧਾਨ ਬਣਿਆ, ਆਰਟੀਕਲ 25 ਦੇ ਵਿੱਚ ਲਿਖਤਾ ਕਿ ਸਿੱਖ ਹਿੰਦੂ ਮਜ਼ਹਬ ਦਾ ਹਿੱਸਾ ਹੈਗੇ ਆ, ਇਸ ਕਰਕੇ ਦੋਨੋਂ ਸਾਡੇ ਨੁਮਾਇੰਦੇ ਸਰ ਹੁਕਮ ਸਿੰਘ ਅਤੇ ਸਰ ਭੁਪਿੰਦਰ ਸਿੰਘ ਮਾਨ, ਇਹਨਾਂ ਨੇ ਕੌਨਸਟੀਟਿਊਸ਼ਨ ਦੇ ਉੱਤੇ ਦਸਤਖਤ ਨਹੀਂ ਕੀਤੇ ਸਿੱਖ ਕੌਮ ਵੱਲੋਂ। ਸੋ ਉਹ ਵੀ ਸੋਚੀਏ ਆਪਾਂ ਕਿ ਸਿੱਖ ਇਸ ਨੂੰ ਮੰਨ ਸਕਦੇ ਆ ਕਿ ਨਹੀਂ ਮੰਨ ਸਕਦੇ, ਕਿਉਂ ਕਰਕੇ ਸਾਡੇ ਨੁਮਾਇੰਦਿਆਂ ਨੇ ਇਹਦੇ ਉੱਤੇ ਦਸਤਖਤ ਹੀ ਨਹੀਂ ਕੀਤੇ। ਅੱਛਾ, ਤੁਹਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ, ਕਾਂਗਰਸ ਦੇ ਨਾਲ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਸੰਗਰੂਰ ਨੂੰ ਕਿਹਾ ਜਾਂਦਾ ਸੀ? ਇਹ ਤਾਂ ਤੁਸੀਂ ਦੇਖੋ ਜੀ ਕੀ ਤਾਂ, ਪਰ ਮੇਰਾ ਤਾਂ ਦਿੱਲੀ ਦੀ ਹਕੂਮਤ ਦੇ ਨਾਲ ਮੁਕਾਬਲਾ ਹੈਗਾ, ਜਬਰ ਦੇ ਨਾਲ। ਇਹਨਾਂ ਨੂੰ ਮੈਂ ਕੀ ਜਾਣਦਾ ਹੈਗਾ ਜੀ? ਪਿਛਲੀ ਵਾਰ ਤੁਸੀਂ ਮੁੱਛਾਂ ਨੂੰ ਤਾਪ ਦਿੱਤੇ ਸੀ, ਆਪਣੇ ਡੋਲੇ ਵੀ ਦਿਖਾਏ ਸੀ ਰੋਡ ਸ਼ੋਅ ਦੇ ਵਿੱਚ, ਉਹੀ ਅੰਦਾਜ਼ ਲੋਕਾਂ ਨੂੰ ਪਸੰਦ ਵੀ ਆਇਆ ਸੀ, ਅੱਜ ਵੀ ਉਸੇ ਅੰਦਾਜ਼ 'ਚ ਹੀ ਹੋ? ਹੁਣ ਬਦਲਿਆ ਥੋੜ੍ਹੀ ਜਾਂਦਾ ਜੀ, ਮੈਂ ਬਦਲ ਤਾਂ ਨਹੀਂ ਹੁੰਦਾ। ਠੀਕ ਹੈ, ਤਾਂ ਸਿਮਰਨਜੀਤ ਸਿੰਘ ਮਾਨ, ਸੰਗਰੂਰ ਦੇ ਵਿੱਚ ਇਸ ਵੇਲੇ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ, ਤਮਾਮ ਮਸਲਿਆਂ 'ਤੇ ਗੱਲਬਾਤ ਕੀਤੀ ਮੌਜੂਦਾ ਮੈਂਬਰ ਪਾਰਲੀਮੈਂਟ ਨੇ।